ਮਾਰਨਿੰਗ ਸਟੂਡੈਂਟਸ ਪਿਛਲੀ ਵੀਡੀਓ ਦੇ ਵਿੱਚ ਅਸੀਂ ਪਾਰਟ 10 ਦੀ ਰੀਡਿੰਗ ਕੀਤੀ ਸੀ ਇਸ ਵੀਡੀਓ ਦੇ ਵਿੱਚ ਅਸੀਂ ਪਾਰਟ 10 ਦੀ ਬੁੱਕ ਐਕਸਰਸਾਈਜ਼ ਕਰਾਂਗੇ ਸਭ ਤੋਂ ਪਹਿਲਾਂ ਬੁੱਕ ਐਕਸਰਸਾਈਜ਼ ਕਰਾਂਗੇ ਕੁਐਸਚਨ ਨੰਬਰ 2 ਬਹੁ ਵਿਕਲਪੀ ਪ੍ਰਸ਼ਨ ਊੜਾ ਕੋਇਲ ਕਹਿੋ ਜੇ ਗੀਤ ਸੁਣਾਉਂਦੀ ਸੀ ਉੱਤਰ ਹੈ ਮਿੱਠੇ ਤਿੰਨਾਂ ਵਿੱਚ ਜੋ ਆਪਸ਼ਨ ਹੈ ਉੱਤੇ ਟਿਕ ਲਗਾਨੀ ਹੈ ਐੜਾ ਕਾਂ ਦੇ ਲੋਕ ਕੀ ਮਾਰਦੇ ਹਨ ਵੱਟੇ ਈੜੀ ਕੋਇਲ ਨੇ ਕਾਂ ਨੂੰ ਕਿੰਨਾ ਵਾਂਗ ਸਮਝਾਇਆ ਸਿਆਣਿਆਂ ਵਾਂਗ ਹੇਅਰ ਆਲਸੋ ਟਿਕ ਕੁਐਸਚਨ ਨੰਬਰ 2 ਸਾਹਮਣੇ ਦਿੱਤੇ ਸ਼ਬਦਾਂ ਵਿੱਚੋਂ ਠੀਕ ਸ਼ਬਦ ਚੁਣੋ ਤੇ ਖਾਲੀ ਥਾਂ ਮਾ भरो ਊੜਾ ਕਾਂ ਦੀ ਮਾਦਾ ਨੂੰ ਡੈਸ਼ ਕਹਿੰਦੇ ਹਨ ਕੋਣੀ ਐੜਾ ਪੰਛੀ ਡੈਸ਼ ਤੇ ਰਹਿੰਦੇ ਹਨ ਦਰਖਤਾ ਏਡੀ ਕੋयल ਨੇ ਕਾਂ ਨੂੰ ਡੈਸ਼ ਵਾਂਗ ਸਮਝਾਇਆ ਸਿਆਨਿਆਂ ਸੱਸਾ ਕਾਂ ਨੇ ਡੈਸ਼ ਬਨਨ ਦੀ ਕੋਸ਼ਿਸ਼ ਕੀਤੀ ਚੰਗਾ ਕੁਐਸਚਨ ਨੰਬਰ 3 ਹੇਠ ਲਿਖੇ ਸ਼ਬਦਾਂ ਨੂੰ ਸਾਹਮਣੇ ਦਿੱਤੇ ਉਹਨਾਂ ਦੇ ਅਰਥਾਂ ਨਾਲ ਮੇਲੋ ਦਰਖਤ ਰੁੱਖ ਸਿਫਤ ਤਾਰੀਫ ਨਿਮਰਤਾ ਹਲੀਮੀ ਵਟੇ ਦੀਮਾ ਟੂ ਨੈਕਸਟ ਪੇਜ ਕੁਐਸਚਨ ਨੰਬਰ 4 ਹੇਠ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਕਾਂ ਕਊਆ crow ਦਰਖਤ ਪੇੜ tree ਗੀਤ ਗਾਣਾ song ਕਾਲਾ ਕਾਲਾ black ਨੈਕਸਟ ਕੁਐਸਚਨ ਨੰਬਰ 2 ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ ਮਾਂ ਮਾਵਾ ਵਾ ਵੇ ਕੰਨਾ ਉੱਪਰ ਬਿੰਦੀ ਵੀ ਆਣਾ ਹੈ ਤੋਤਾ ਤੋਤੇ ਕੋਇਲ ਕੋਇਲਾ ਕੰਨਾ ਉੱਪਰ ਬਿੰਦੀ ਵਟਾ ਵੱਟੇ ਚੰਗਾ ਚੰਗੇ ਬੇਟਾ ਤੁਸੀਂ ਇਸ ਨੂੰ ਬੁੱਕ ਵਿੱਚ ਨੋਟ ਕਰਨਾ ਹੈ ਤੇ ਨਾਲ ਹੀ ਲਰਨ ਕਰਨਾ ਹੈ